ਪੰਜਾਬੀ ਪ੍ਰਚਾਰ ਟੀਵੀ ਤੋਂ ਅਹਿਮਦ ਰਜ਼ਾ ਹਾਜ਼ਰ ਹੈ। ਦੋਸਤੋ, ਯਕੀਨਨ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਅੱਜ ਅਸੀਂ ਇੱਕ ਨਵਾਂ ਸਿਲਸਿਲਾ ਸ਼ੁਰੂ ਕਰਨ ਚੱਲੇ ਹਾਂ, ਪੰਜਾਬੀ ਪ੍ਰਚਾਰ ਅਤੇ ਵੀਡੀਓਜ਼ ਦੀ ਅਪਲੋਡਿੰਗ ਦਾ। ਔਰ ਇਹ ਸਿਲਸਿਲਾ ਅਸੀਂ ਸ਼ੁਰੂ ਕਰਨ ਚੱਲੇ ਹਾਂ ਪੰਜਾਬੀ ਦੇ ਮਸ਼ਹੂਰ ਮਹਾਨ ਦਾਨਿਸ਼ਵਰ ਇਹਸਾਨ ਬਾਜਵਾ ਹੋਰਾਂ ਦੇ ਨਾਲ। ਇਹਸਾਨ ਬਾਜਵਾ ਹੋਰਾਂ ਦੇ ਕੰਮਾਂ ਦੇ ਵਿੱਚੋਂ ਇੱਕ ਵੱਡਾ ਕੰਮ ਪੰਜਾਬੀ ਅਖਾਣਾਂ ਦਾ ਹੈ। ਆਪ ਨੇ 22,000 ਪੰਜਾਬੀ ਅਖਾਣ ਪੰਜਾਬੀ ਰਹਿਤਲ ਦੇ ਵਿੱਚੋਂ ਉਹ ਚੁਣੇ ਔਰ ਉਹਨਾਂ ਨੂੰ 5 ਜਿਲਦਾਂ ਦੇ ਵਿੱਚ ਜੋ ਹੈ ਸਾਡੇ ਸਾਹਮਣੇ ਪਏ ਹਨ, ਇਹ ਕਿਤਾਬੀ ਸ਼ਕਲ ਦੇ ਵਿੱਚ ਪਿਲਾਕ ਪਾਕਿਸਤਾਨ ਨੇ ਛਾਪਿਆ। ਕਿਤਾਬਾਂ ਦੀ ਸ਼ਕਲ ਦੇ ਵਿੱਚ ਸਾਡੇ ਅੱਜ ਕੱਲ੍ਹ ਬਹੁਤ ਘੱਟ ਕਿਤਾਬਾਂ ਪੜ੍ਹੀਆਂ ਜਾ ਰਹੀਆਂ। ਅਸੀਂ ਕੋਸ਼ਿਸ਼ ਕੀਤੀ ਕਿ ਪੰਜਾਬੀ ਸਿਆਣਫ ਜਿਹੜੀ ਇਸ ਰਹਿਤਲ ਦਾ ਨਿਚੋੜ ਹੈ, ਅਰਕ ਹੈ, ਉਹ ਇਹ ਅਖਾਣ ਹਨ। ਇਹੀ ਉਹ ਲੋਕ ਬਿਆਨੀਆ ਹੈ ਜਿਹਦੇ ਅੰਦਰ ਉਸ ਰਹਿਤਲ ਦਾ ਸੱਚ ਕੁੱਟ ਕੁੱਟ ਕੇ ਭਰਿਆ ਹੁੰਦਾ। ਔਰ ਇਹਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਬਹੁਤ ਵੱਡਾ ਤੋਂ ਵੱਡਾ ਮਸਲਾ ਉਹ ਪੰਜਾਬੀ ਅਖਾਣਾਂ ਰਾਹੀਂ ਕੋਈ 5-7 ਲਫਜ਼ਾਂ ਦੇ ਵਿੱਚ ਉਹਦਾ ਤੁਹਾਨੂੰ ਸਲੂਸ਼ਨ ਲੱਭ ਜਾਂਦਾ। ਇਹ ਉਸ ਰਹਿਤਲ ਦੀ ਜ਼ਿੰਦਾ ਮਿਸਾਲ ਹੁੰਦੀ ਹੈ ਜਿਹੜੀ ਰਹਿਤਲ ਜਿਤਨੀ ਵੱਡੀ ਹੁੰਦੀ ਹੈ ਔਰ ਉਹਦਾ ਵੱਡਾ ਜਿਤਨਾ ਉਹਦਾ ਵਿਰਸਾ ਹੁੰਦਾ ਹੈ। ਪੰਜਾਬੀ ਜ਼ਬਾਨ ਯਕੀਨਨ ਦੁਨੀਆ ਦੀ ਵੱਡੀਆਂ ਜ਼ਬਾਨਾਂ ਦੇ ਵਿੱਚੋਂ ਹੈ ਔਰ ਸਦੀਆਂ 'ਤੇ ਮੁਹਿਤ ਇਸ ਦੀ ਤਾਰੀਖ ਹੈ। ਗੋ ਕਿ ਅੱਜ ਇਸ ਦੇ ਖਿਲਾਫ ਬਹੁਤ ਜ਼ਿਆਦਾ ਪ੍ਰੋਪੇਗੰਡਾ ਹੈ, ਲੇਕਿਨ ਇਹ ਉਹ ਸੱਚ ਜਿਹੜੇ ਉਸ ਪ੍ਰੋਪੇਗੰਡੇ ਨੂੰ ਉਸ ਦੇ ਖਿਲਾਫ ਲੜਨ ਨਾ ਸਿਰਫ ਲੜਨਗੇ ਬਲਕਿ ਅਸਲ ਸੱਚ ਤੁਹਾਨੂੰ ਦੱਸਣਗੇ। ਸੋ ਅਸੀਂ ਹਫ਼ਤੇ ਦੇ ਵਿੱਚ ਇਹਸਾਨ ਬਾਜਵਾ ਸਾਹਿਬ ਦੀਆਂ 2 ਵੀਡੀਓਜ਼ ਇਹਨਾਂ ਹੀ ਅਖਾਣਾਂ ਤੋਂ ਰਿਲੇਟਡ ਉਹ ਅਸੀਂ ਅਪਲੋਡ ਕੀਤਾ ਕਰਾਂਗੇ। ਤੁਹਾਡੇ ਤੋਂ ਇਹ ਬੇਨਤੀ ਆ ਕਿ ਇਸ ਪੰਜਾਬੀ ਲੋਕ ਵਿਰਸੇ ਨੂੰ, ਇਸ ਦਾਨਿਸ਼ ਨੂੰ ਅੱਗੇ ਫੈਲਾਓ ਤਾਂ ਕਿ ਉਹ ਪੰਜਾਬੀ ਜ਼ਬਾਨ ਦਾ ਅਸਲ ਜਿਹੜੀ ਚੱਸ ਹੈ ਉਹ ਵੀ ਮਾਣਨ ਔਰ ਇਸ ਦੇ ਦਾਨਿਸ਼ ਦੇ ਨਾਲ ਵੀ ਜੋੜਨ। ਬਾਜਵਾ ਸਾਹਿਬ, ਮੈਂ ਰਿਕੁਐਸਟ ਕਰਾਂਗਾ ਕਿ ਕੁਛ ਗੱਲ ਕਰੋ ਸਾਡੇ ਸੁਣਨ ਵਾਲਿਆਂ ਨਾਲ ਔਰ ਉਸ ਤੋਂ ਬਾਅਦ ਅਖਾਣਾਂ ਦਾ ਉਹ ਸਿਲਸਿਲਾ ਔਰ ਉਹਨਾਂ ਦਾ ਇੱਕ ਜਿਹੜਾ ਕਿੱਥੋਂ ਇਹ ਅਖਾਣ ਬਣਦਾ ਹੈ, ਕੀ ਮਤਲਬ ਹੈ, ਇਹ ਵੀ ਜੇ ਥੋੜ੍ਹਾ ਜਿਹਾ ਨਾਲ ਦੱਸਦੇ ਜਾਓ ਤਾਂ ਸਾਡੇ ਸੁਣਨ ਨੂੰ ਆਸਾਨੀ ਹੋ ਜਾਏਗੀ। ਸ਼ੁਕਰੀਆ ਜਨਾਬ ਬੱਟੂ ਸਾਹਿਬ, ਬਹੁਤ ਮਿਹਰਬਾਨੀ। ਮੈਂ ਸਮਝਣਾ ਇਹ ਗੱਲ ਜਿਹੜੀ ਹੈ ਗੱਲਬਾਤ ਰਾਹੀਂ ਵੀ ਅਖਾਣਾਂ ਦਾ ਜਿਹੜਾ ਮਾਮਲਾ ਹੈ ਇਹਨੂੰ ਅੱਗੇ ਵਧਣਾ ਚਾਹੀਦਾ। ਇਹ ਨਾ ਮੈਨੂੰ ਬੜਾ ਪੁਰਾਣਾ ਠਰਕ ਸੀ, ਮੈਂ ਸਮਝਣਾ ਕਿ ਅਖਾਣ ਅਮਰ ਆਖਣ ਉਹ ਆਖਣ ਜਿਹੜਾ ਕਦੀ ਹਮੇਸ਼ਾ ਸਦੀਆਂ ਤੱਕ ਹੰਢਦਾ ਉਹਨੂੰ ਅਖਾਣ ਆਖਦੇ ਨੇ। ਔਰ ਉਹ ਸੱਚਾਈ ਉਸ ਗੱਲ ਦੇ ਵਿੱਚ ਉਹ ਛੋਟਾ ਜਿਹਾ ਸ਼ੇਰ ਹੋਵੇ, ਸ਼ੇਰ ਦਾ ਟੋਟਾ ਹੋਵੇ, ਜਾਂ ਇੱਕ ਮਿਸਰੇ ਦੇ ਅੰਦਰ ਉਹ ਸੱਚਾਈ ਔਰ ਉਹ ਅਟਲ ਚੀਜ਼ ਜਿਹੜੀ ਇਹ ਬਿਆਨ ਕੀਤੀ ਜਾਂਦੀ ਹੈ ਕਿ ਜਿਹੜੀ ਸਦੀਆਂ ਦੇ ਨਾਲ ਦੀ ਮੈਲ ਕੁਚੈਲ ਨਾਲ ਵੀ ਮੈਲ ਹੀ ਨਹੀਂ ਹੁੰਦੀ, ਉਹਦੇ ਅੰਦਰ ਉਹ ਸੱਚ ਹੁੰਦਾ, ਉਹ ਸੱਚ ਦਾ ਸਿਆਣਫ ਦਾ ਜ਼ੋਰ ਹੁੰਦਾ ਜਿਹੜਾ ਸਦੀਆਂ ਤੱਕ ਉਹਨੂੰ ਹੰਢਣਸਾਰ ਬਣਾ ਦਿੰਦਾ। ਮੈਂ ਇਹ ਕਾਫੀ ਸਾਲਾਂ ਤੋਂ ਮੇਰਾ ਇੱਕ ਸ਼ੌਕ ਸੀ, ਮੈਂ ਕਰਦਾ ਰਿਹਾ। ਬਾਅਦ 'ਚ ਇੱਕ ਦਿਨ ਮੈਨੂੰ ਪਲਾਕ ਅਦਾਰੇ ਦੀ ਸ਼ਾਇਸਤਾ ਨੁਜ਼ਰ ਸਾਹਿਬਾ ਡਾਇਰੈਕਟਰ ਸਨ, ਉਹਨਾਂ ਨੇ ਫੋਨ ਕੀਤਾ ਅਤੇ ਉਹਨਾਂ ਸੱਦਿਆ ਅਤੇ ਉਹਨਾਂ ਮੈਨੂੰ ਕਿਹਾ ਜੀ ਤੁਸਾਂ ਕੋਲ ਖਾਣਾ 'ਤੇ ਕੰਮ ਕੀਤਾ ਹੈ? ਮੈਂ ਕਿਹਾ ਜੀ ਹਾਂਜੀ ਕਾਫੀ ਕੀਤਾ ਹੈ। ਉਹਨਾਂ ਆਖਿਆ ਤੁਸੀਂ ਪਲਾਕ ਅਦਾਰੇ ਵੱਲੋਂ ਕੰਮ ਕਰੋ। ਉਹਨਾਂ ਮੇਰੇ ਨਾਲ ਵਾਅਦਾ ਕੀਤਾ ਔਰ ਇਹ ਜਿਹੜਾ ਕੰਮ ਹੈ, ਕਿਉਂਕਿ ਕਾਫੀ ਮੈਂ ਪਹਿਲਾਂ ਕੀਤਾ ਸੀ, ਫਿਰ ਉਹਨੂੰ ਕਿਤਾਬੀ ਸ਼ਕਲ 'ਚ ਇਹ ਕੋਈ ਤਕਰੀਬਨ 3600 ਸਫ਼ਾ ਬਣ ਗਿਆ, ਪਹਿਲਾਂ ਇੱਕ ਕਾਲਮੀ ਸੀ, ਫਿਰ ਇਹਨੂੰ ਮੈਂ ਉਹਨਾਂ ਕਿਹਾ 2 ਕਾਲਮੀ ਕਰ ਦਿਓ, ਚਲੋ ਇਹ ਟੈਕਨੀਕਲ ਗੱਲਾਂ ਸਨ, ਉਹਨੂੰ ਮੈਂ 2 ਕਾਲਮੀ ਕਰਤਾ।
ਅਖਾਣ ਵੱਖਰੀਆਂ ਵੱਖਰੀਆਂ, ਜ਼ਿਆਦਾ ਅਖਾਣ ਮੈਂ ਔਰਤਾਂ ਕੋਲੋਂ ਲਿਖੇ। ਮੈਂ ਵੇਖਿਆ ਕਿ ਪਿੰਡ ਵਿੱਚ ਜਦੋਂ ਕਿਤੇ ਕੋਈ ਪਿੰਡ 'ਚ ਕਿਤੇ ਕੋਈ ਲੜਾਈ ਝਗੜਾ ਹੋ ਜਾਂਦਾ ਮਾੜਾ ਮੋਟਾ, ਜਾਂ ਬੀਬੀਆਂ ਦੀ ਲੜਾਈ, ਜਾਂ ਮੀਆਂ ਬੀਵੀ ਦੀ, ਜਾਂ ਕਿਤੇ ਕੋਈ ਪਿਓ ਮਾਂ ਦੀ, ਉਸ ਵੇਲੇ ਨਾ ਬੀਬੀਆਂ ਨੁੱਕਰਾਂ ਦੇ ਖਲੋਖ ਲਾ ਕੇ ਅਤੇ ਜਦੋਂ ਗੱਲਾਂ ਕਰਦੀਆਂ ਸਨ, ਅਤੇ ਮੈਂ ਨਾ ਪੈਨਸਲ ਅਤੇ ਕਾਪੀ ਛੋਟਾ ਜਿਹਾ ਕਾਗਜ਼ ਫੜ ਕੇ ਅਤੇ ਮੈਂ ਉਹਨਾਂ ਦੇ ਥੋੜ੍ਹਾ ਜਿਹਾ ਫਾਸਲੇ 'ਤੇ ਹੋ ਕੇ ਅਤੇ ਚੁੱਪ ਕਰਕੇ ਉਹਨਾਂ ਤੋਂ ਨਜ਼ਰ ਬਚਾ ਕੇ ਖਲੋ ਕੇ, ਉਹ ਬੇਧਿਆਨੀ ਜੀ ਬੜੇ ਬੜੇ ਮਾਣਕ ਮੋਤੀ ਵਰਗੇ ਅਖਾਣ ਜਿਹੜੇ ਨੇ ਬੋਲਦੀਆਂ ਸਨ, ਅਤੇ ਮੈਂ ਨਾ ਉਹ ਨੋਟ ਕਰਦਿਆਂ ਰਹਿੰਦਾ ਸੀ। ਅਤੇ ਇੱਥੇ ਇੱਕ ਮਾਈ ਨਿਫਾਨ ਦੀ ਸੀ, ਹੁਣ ਵੀ ਆਇਆ, ਉਹ ਚਲੇ ਗਏ ਨੇ ਮਰੀਦ ਕੇ, ਅਤੇ ਉਹਨੇ ਆਖਣਾ ਕਿ ਆਸਾਨ ਦੇ ਕੋਲ ਗੱਲਾਂ ਨਾ ਕਰਿਆ ਕਰੋ, ਇਹ ਬੁੱਢੀਆਂ ਦੀਆਂ ਗੱਲਾਂ ਲਿਖਦਾ ਰਹਿੰਦਾ। ਤੋ ਇੱਕ ਇੱਥੇ ਮਾਈ ਸਰਦਾਰਾਂ ਹੁੰਦੀ ਸੀ, ਉਹ ਹਿੰਦੂ ਸਨ ਅਤੇ ਦੀਨਦਾਰ ਮੁਸਲਮਾਨ ਸ਼ੇਖ ਉਹ ਖਵਾਉਂਦੇ ਸਨ। ਉਹ ਮਾਈ ਜਿਹੜੀ ਸੀ ਉਹ ਬੜਾ ਵੱਡਾ ਖਜ਼ਾਨਾ ਸੀ, ਉਹਦੇ ਕੋਲੋਂ ਮੈਂ ਬਹੁਤ ਜ਼ਿਆਦਾ ਅਖਾਣ, ਲੋਕ ਬੋਲੀਆਂ ਅਤੇ ਵਿਰਸੇ ਦੀਆਂ ਹੋਰ ਬਹੁਤ ਚੀਜ਼ਾਂ ਇਕੱਠੀਆਂ ਕੀਤੀਆਂ। ਉਹ ਫੌਤ ਹੋ ਗਈ, ਅੱਲਾਹ ਤਾਲਾ ਉਹਨੂੰ ਗਰੀ ਕੇ ਆਰਾਮਦ ਕਰੇ। ਤੋ ਇਹ ਸਾਰਾ ਨਾ ਮੇਰਾ ਜਿਹੜਾ ਸ਼ੌਕ ਸੀ, ਇਹਦੇ ਤੋਂ ਇਲਾਵਾ ਪਿੰਡਾਂ 'ਚ ਵੀ ਜਾਣਾ, ਪੁੱਛਣਾ ਗਿੱਛਣਾ ਕਈ ਵਾਰੀ। ਮਸਲ ਮੈਂ ਤੁਹਾਨੂੰ ਇੱਕ ਦੱਸਦਾ ਕਿ ਮੈਂ ਇਸ ਤਰ੍ਹਾਂ ਦਾ, ਇੱਕ ਦਫ਼ਾ ਮੈਨੂੰ ਆਸਫ ਖਾਨ ਸਾਹਿਬ ਨੇ ਕਿਹਾ, ਮਰਹੂਮ ਆਸਫ ਖਾਨ ਸਾਹਿਬ ਸਾਡੇ ਪੰਜਾਬੀ ਦੇ ਬੜੇ ਵੱਡੇ ਦਾਨਿਸ਼ਵਰ ਸਨ, ਕਿ ਯਾਰ ਇੱਕ ਲਫ਼ਜ਼ ਏ ਸਦਾਏ ਬਾਜ਼ ਗਿਸ਼ਤ, ਅਤੇ ਇਹਦਾ ਪੰਜਾਬੀ ਲੱਭੋ ਕਿੱਥੋਂ ਏ, ਅੱਜ ਦਾ ਸਵਾਲ ਇਹ ਵੇ, ਇਸ ਤਰ੍ਹਾਂ ਹੀ ਆਉਂਦੇ ਹੁੰਦੇ ਸਨ ਕਿ ਅੱਜ ਦਾ ਸਵਾਲ ਬਾਜਵਾ ਸਾਹਿਬ ਆਵੇ। ਤੋ ਮੈਂ ਨਾ ਬੜਾ ਪਰੇਸ਼ਾਨ, ਮੈਂ ਕਿਹਾ ਲਫ਼ਜ਼ ਜਿਹੜਾ ਸਦਾਏ ਬਾਜ਼ ਗਿਸ਼ਤ, ਇਹ ਤਾਂ ਕੋਈ ਲਫ਼ਜ਼ ਤਾਂ ਨਹੀਂ ਨਾ, ਇਹ ਤਾਂ ਐਵੇਂ ਜੋੜਿਆ, ਪੂਰੀ ਤਸ਼ਰੀਹ ਕੀਤੀ ਹੈ ਵੀ ਉਹ ਸਦਾ ਜਿਹੜੀ ਪਰਤ ਕੇ ਆਉਂਦੀ ਹੈ, ਐਕਚੁਅਲ ਇਹਦੇ ਵਾਸਤੇ ਕੋਈ ਲਫ਼ਜ਼ ਹੋਣਾ ਚਾਹੀਦਾ। ਉਹ ਮੈਂ ਨਾ ਕਿਤੇ ਇੱਧਰ ਚੰਗ ਚੁੰਗ ਵੱਲ ਗਿਆ, ਵੀ ਇੱਕ ਦਫ਼ਾ ਸਾਹੀਵਾਲ ਵੱਲ ਕਿਤੇ ਗਿਆ, ਅਤੇ ਉੱਥੇ ਮੈਨੂੰ ਨਾ ਇੱਕ ਜਾਂਗਲੀ ਬਾਬਾ ਲੱਭ ਗਿਆ। ਮੈਂ ਕਿਹਾ ਬਾਬਾ ਜੀ ਇੱਕ ਲਫ਼ਜ਼ ਤਾਂ ਦੱਸੋ। ਕਹਿੰਦਾ ਪੁੱਛ। ਉੱਚੀ ਹਾਰੀ ਹੁੱਕਾ ਪੀਂਦਾ ਸੀ ਪਿਆ, ਮੈਂ ਵੀ ਹੁੱਕਾ ਪੀਂਦਾ ਪਿਆ। ਮੈਂ ਕਿਹਾ ਜੀ ਸਦਾਏ ਬਾਜ਼ ਗਿਸ਼ਤ ਲਫ਼ਜ਼, ਆਉਂਦਾ ਕੋਈ ਬੰਦੇ ਦੇ ਪੁੱਤਰਾਂ ਵਾਲੀ ਗੱਲ ਕਰਿਆ, ਮੇਰੇ ਕੋਲ ਸਮਝ ਆ ਵੰਜਿਆ। ਅੱਛਾ, ਮੈਂ ਜਨਾਬ ਉਹਨੂੰ ਦੱਸਿਆ ਵੀ ਜਿਹੜੀ ਆਵਾਜ਼ ਇਸ ਤਰ੍ਹਾਂ ਅਸੀਂ ਮਾਰਨੇ ਹਾਂ ਖੂਹ 'ਚ ਜਾਂ ਕਿਤੇ ਪਹਾੜੀ ਇਲਾਕੇ 'ਚ, ਅਤੇ ਪਰਤ ਕੇ ਆਉਂਦੀ ਹੈ ਸਾਡੇ ਵੱਲ, ਆਉਂਦਾ ਉਹ ਕੋਈ ਪਰਤਾਰ ਆਖਦੇ ਹਨ। ਮੈਂ ਕਿਹਾ ਉਹ ਸਦਕੇ ਜਾਵਾਂ, ਐਡੀ ਵੱਡੀ, ਔਰ ਉਹ ਪਰਤਾਰ ਲਫ਼ਜ਼ ਪਹਿਲੀ ਦਫ਼ਾ ਮੈਂ ਆਸਫ ਖਾਨ ਸਾਹਿਬ ਨੂੰ ਦੱਸਿਆ। ਬਾਅਦ 'ਚ ਸਾਡੇ ਦਾਨਿਸ਼ਵਰ ਵੀ ਉਹਨਾਂ ਨੂੰ ਵਰਤਣ ਵੀ ਲੱਗ ਪਏ ਉਸ ਪਰਤਾਰ ਨੂੰ, ਪਰਤ ਕੇ ਆਉਣ ਵਾਲੀ ਆਵਾਜ਼। ਤੋ ਇਸ ਤਰ੍ਹਾਂ ਹੀ ਸਾਡੇ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਗੁਆਚ ਗਏ ਨੇ ਅਖਾਣਾਂ ਦੇ ਰਾਹੀਂ। ਸਾਨੂੰ ਬਹੁਤ ਜ਼ਿਆਦਾ ਉਹ ਲਫ਼ਜ਼ ਵੀ ਸਾਡੇ ਤੱਕ ਅੱਪੜੇ ਦੇ ਅੱਪੜਦੇ ਨੇ, ਔਰ ਉਹ ਜ਼ਿੰਦਾ ਰਹਿੰਦੇ ਨੇ, ਜਿਨ੍ਹਾਂ ਨੂੰ ਲੋਕ ਸਮਝਦੇ ਨੇ ਕਿ ਜਿਹੜੇ ਸਾਡੇ ਅੱਜ ਦੇ ਦਾਨਿਸ਼ਵਰ ਨੇ, ਕਈਆਂ ਨੇ ਠੇਕਾ ਹੀ ਇਹ ਚੁੱਕਿਆ ਕਿ ਆ ਮਤਰੂਕ ਨੇ ਜੀ, ਇਹਨਾਂ ਨੂੰ ਛੱਡ ਦਿਓ, ਉਹ ਜ਼ਬਾਨ ਸਮਝ ਬੋਲੋ ਜਿਹੜੀ ਆਮ ਫਹਿਮ ਦੀ ਜ਼ਬਾਨ ਹੈ, ਔਰ ਇਹ ਅਗਰ ਇਸ ਤਰ੍ਹਾਂ ਦੀ ਜ਼ਬਾਨ ਇਹਨਾਂ ਦੀ ਅਸਾਂ ਮੰਨਣ ਲੱਗ ਪਏ, ਤਾਂ ਅਗਲੇ 20 ਸਾਲਾਂ 'ਚ ਹੋਰ ਕਿਹੋ ਜਿਹੀ ਜ਼ਬਾਨ ਹੋਏਗੀ। ਤੋ ਮੈਂ ਸਮਝਦਾ ਉਹ ਲੋਕ ਇਲਮ ਦੇ ਬਿਲਕੁਲ ਅਜਾਣੂ ਨੇ, ਉਹਨਾਂ ਨੂੰ ਕੋਈ ਪਤਾ ਨਹੀਂ, ਉਹਨਾਂ ਸਿਰਫ ਇੱਕ ਭੇਸ ਬਣਾਇਆ ਹੋਇਆ ਆਪਣਾ ਚਦਰਾ ਦਾ, ਉਹਨਾਂ ਨੂੰ ਕੋਈ ਅਲਫ਼ਬੇ ਨਹੀਂ ਆਉਂਦੀ ਪੰਜਾਬੀ ਦੀ, ਔਰ ਜਿਹਨੂੰ ਪੰਜਾਬੀ ਦੀ ਅਲਫ਼ਬੇ ਨਹੀਂ ਆਉਂਦੀ ਉਹਨੂੰ ਪੰਜਾਬੀ ਦਾ ਚਾਚਾ ਬਾਬਾ ਵੀ ਨਹੀਂ ਬਣਨਾ ਚਾਹੀਦਾ। ਤੋ ਗੱਲ ਅਖਾਣਾਂ 'ਤੇ ਹੋ ਰਹੀ ਸੀ। ਤੋ ਅਖਾਣ ਜਿਹੜਾ ਨਾ ਜੀ, ਇਹਦੇ ਵਿੱਚ ਉਹ ਅਮਰ ਚੀਜ਼ਾਂ ਹੁੰਦੀਆਂ ਨੇ। ਮੇਰੀ ਆ ਕਿਤਾਬ ਫਿਰ ਮੈਂ ਉਹਨਾਂ ਨੂੰ ਤਿਆਰ ਕਰਕੇ ਦਿੱਤੀ ਜੀ, ਇਹ 5 ਜਿਲਦਾਂ ਨੇ, ਇਹ ਪਹਿਲੀ ਜਿਲਦ ਜੀ, ਆਖਣ ਲੋਕ ਸਿਆਣੇ ਦੀ, ਅਤੇ ਇਹਦਾ ਬੈਕ ਦੇ ਉੱਤੇ ਜਨਾਬ ਰਿਆਜ਼ ਅਹਿਮਦ ਸ਼ਾਹ ਸਾਹਿਬ ਸਾਡੇ ਦੋਸਤ ਸਨ, ਉਹਨਾਂ ਨੇ ਬੜਾ ਸੋਹਣਾ ਇਹਦੇ ਬਾਰੇ 'ਚ ਲਿਖਿਆ, ਅਤੇ ਮੈਂ ਚਾਹੁੰਦਾ ਕਿ ਵੀ ਮੈਂ ਸੁਣਾ ਹੀ ਦਿਆਂ ਕਿ ਸਾਨੁੱਲਾ ਬਾਜਵਾ ਉੱਤੇ ਅੱਲਾਹ ਦਾ ਆਸਾਨ ਹੈ ਕਿ ਬਾਜਵਾ ਇੱਕ ਖਰਾ ਅਤੇ ਨਿੱਘਾ ਬੰਦਾ ਹੈ, ਸੂਫੀ ਬਾਬਿਆਂ ਨਾਲ ਉਹਨੂੰ ਅੰਤਾਂ ਦਾ ਇਸ਼ਕ ਹੈ।
ਤਾਂ ਉਹਨਾਂ ਵਾਂਗ ਹੀ ਉਹ ਆਮ ਲੋਕਾਈ ਵਿੱਚ ਪਥੱਲਾ ਮਾਰ ਕੇ ਬੈਠਣ ਵਾਲਾ ਪੇਂਡੂ ਹੈ। ਇਕਨਾਮਿਕਸ ਅਤੇ ਪੰਜਾਬੀ ਵਿੱਚ ਐੱਮ ਏ ਦੀ ਰਿਵਾਜੀ ਤਲੀਮ ਤੋਂ ਲੰਘ ਕੇ ਉਹਨੇ ਲੋਕ ਰਹਿਤਲ ਦੇ ਸੁਚੱਜ ਨੂੰ ਆਪਣੇ ਆਪ ਤੋਂ ਵੱਖਰਾ ਨਹੀਂ ਹੋਣ ਦਿੱਤਾ। ਉਹਦੀਆਂ ਗੱਲਾਂ ਬਾਤਾਂ ਤੋਂ ਜਾਪਦਾ ਹੈ ਕਿ ਉਹਨੂੰ ਲੋਕ ਸਿਆਣ ਦੀ ਗੁੜ੍ਹਤੀ ਮਿਲੀ ਹੋਈ ਹੈ ਅਤੇ ਉਹਦਾ ਮੁਹਾੜ ਅਤੇ ਵਰਤਾਰਾ ਇੰਜਦਾ ਜਿਵੇਂ ਪੰਜਾਬੀ ਦਾ ਕੋਈ ਸੁਆਦਲਾ ਜਿਹਾ ਖਾਣ ਬੰਦੇ ਦਾ ਰੂਪ ਧਾਰ ਕੇ ਆ ਗਿਆ ਹੋਵੇ। ਬਾਜਵੇ ਉੱਤੇ ਅੱਲਾ ਦੇ ਅਹਿਸਾਨ ਦਾ ਇਹ ਸਿੱਟਾ ਕਿ ਉਹਨੇ ਅੱਗੋਂ ਸਾਡੇ ਸਾਰਿਆਂ 'ਤੇ ਅਹਿਸਾਨ ਕਰਦਿਆਂ ਲੋਕ ਸਚੱਜ ਅਤੇ ਸਿਆਣਫ ਦੇ ਹਜ਼ਾਰਾਂ ਮੋਤੀ ਇਕੱਠੇ ਕਰਕੇ ਸਾਡੀ ਝੋਲੀ 'ਚ ਪਾ ਦਿੱਤੇ ਨੇ। ਵੰਨੋ ਵੰਨ ਅਤੇ ਰੰਗਾ ਰੰਗ ਮੋਤੀਆਂ ਦੀ ਅਨਮੁੱਲਾ ਸਰਮਾਇਆ ਉਹਨੇ ਪੂਰੀ ਹਯਾਤੀ ਲਾ ਕੇ ਇਕੱਠਾ ਕੀਤਾ ਹੈ। ਖਾਣਾ ਉੱਤੇ ਪਸਰੇ ਹੋਏ 3000 ਸਫਿਆਂ ਤੋਂ ਵੱਧ ਦੇ ਇਸ ਪਰਾਗੇ ਤੋਂ ਸਾਫ਼ ਝਲਕਦਾ ਕਿ ਇਹ ਕੰਮ ਉਹਨੇ ਕਿਸੇ ਕਲਰਕ ਵਾਂਗ ਨਹੀਂ ਸਗੋਂ ਆਸ਼ਿਕ ਵਾਂਗ ਕੀਤਾ। ਇਹ ਉਹ ਮਾਣਕ ਮੋਤੀ ਨੇ ਜੋ ਕਰੋੜਾਂ ਸਿਆਣਿਆਂ ਨੇ ਹੱਡ ਵਰਤੀ ਨੂੰ ਜਾਲ ਕੇ ਅਤੇ ਜੱਗ ਵਰਤੀ ਨੂੰ ਗਾਗ ਕੇ ਤਰਾਸ਼ੇ ਸਨ। ਇਹਨਾਂ ਵਿੱਚੋਂ ਬਹੁਤੇ ਉਹ ਨੇ ਜੋ ਸਾਡੀਆਂ ਬੇਨਿਆਜ਼ੀਆਂ ਨੇ ਰੋਲ ਛੱਡੇ ਸਨ। ਕਿਸਾਨ ਬਾਜਵਾ ਨੇ ਥਾਂ ਥਾਂ ਦੀ ਮਿੱਟੀ ਫਰੋਲ ਕੇ ਇਹਨਾਂ ਨੂੰ ਲੱਭਿਆ ਅਤੇ ਸਾਂਭ ਸੋਧ ਕੇ ਲਿਸ਼ਕਾ ਚਮਕਾ ਕੇ ਸਾਡੇ ਸਾਰਿਆਂ ਤਾਈਂ ਅਪੜਾ ਦਿੱਤੇ ਨੇ। ਕਿਸਾਨ ਬਾਜਵੇ ਦੇ ਇਸ ਅਹਿਸਾਨ ਦਾ ਅਸੀਂ ਜਿੰਨਾ ਵੀ ਸ਼ੁਕਰੀਆ ਕਰੀਏ ਘੱਟ ਹੈ। ਰਿਆਜ਼ ਅਹਿਮਦ ਸ਼ਾਹ ਸਰਗੋਧਾ। ਤੋ ਇਹਦੀ ਦੂਜੀ ਜਿਲਦ ਆਇਆ ਜੀ, ਆਪਣਾ ਆਖਣ ਲੋਕ ਸਿਆਣੇ ਦਾ ਨਾਂ ਮੈਂ ਤਜਵੀਜ਼ ਕੀਤਾ, ਜਿਹਨੂੰ ਬੜਾ ਪਸੰਦ ਕੀਤਾ ਸ਼ਾਇਸਤਾ ਨੂਜ਼ਰ ਸਾਹਿਬਾਂ ਨੇ। ਅਤੇ ਤੀਸਰੀ ਜਿਲਦ ਦੀ ਤੀਜੀ ਜਿਹੜੀ ਹੈ ਉਹ ਆ ਜੀ, ਅਤੇ ਇਸ ਅਦਾਰੇ ਨੂੰ ਨੇ ਮੇਰੇ ਨਾਲ ਉਹਨਾਂ ਸ਼ਾਇਸਤਾ ਨੂਜ਼ਰ ਸਾਹਿਬਾਂ ਨੇ ਮੁਆਦਾ ਕੀਤਾ ਔਰ ਉਹ ਮੁਆਦੇ ਤੋਂ ਬਾਅਦ ਫਿਰ ਇਹ ਅਖਾਣ ਜਿਹੜੇ ਸਨ ਉਹਨਾਂ ਨੂੰ ਇਕੱਠੇ ਛਾਪਣੇ ਚਾਹੀਦੇ ਸਨ, ਲੇਕਿਨ ਫਿਰ ਬਾਅਦ ਵਿੱਚ ਇੰਤਜ਼ਾਮੀਆਂ ਬਦਲ ਗਈ ਅਤੇ ਉਹਨਾਂ ਆਪਣੀ ਮਰਜ਼ੀ ਨਾਲ ਇੱਕ ਇੱਕ ਕਰਕੇ ਛਾਪਦੇ ਰਹਿ ਜੀ। ਅਤੇ ਪੰਜਵੀਂ ਜਿਲਦ ਜਨਾਬ ਹੈ, ਇਹਦੇ ਵਿੱਚ ਟੋਟਲ ਕੋਈ ਤਕਰੀਬਨ 22,000 ਅਖਾਣ ਨੇ ਜੀ, ਅਤੇ ਇਹ ਕੋਈ 3,900 2,950 3,000 ਸਫੇ ਦੀ ਕਿਤਾਬ ਹੈ ਜੀ। ਅਤੇ ਮੈਨੂੰ ਇਹ ਲਿਖਣ ਪਹਿਲਾਂ ਇਕੱਠਿਆਂ ਕਰਦਿਆਂ ਕੁੱਟਦਿਆਂ ਕੋਈ 5-6 ਸਾਲ ਲੱਗ ਗਿਆ। ਬਹਰਹਾਲ ਮੈਂ ਸਮਝਦਾ ਇੱਕ ਵੱਡਾ ਕੰਮ ਹੈ, ਇੰਡੀਆ ਪਾਕਿਸਤਾਨ 'ਚ ਤਗੜਾ ਕੰਮ ਹੈ ਔਰ ਇਹਨੂੰ ਹੁਣ ਲਿਪੀ ਅੰਤਰ ਵੀ ਕਰਵਾਇਆ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਔਰ ਉਹ ਇਹਨੂੰ ਛਾਪ ਰਹੇ ਨੇ। ਪਤਾ ਨਹੀਂ ਹੁਣ ਇੱਕ ਜਿਲਦ ਹੀ ਛਾਪਦੇ ਨੇ ਜਾਂ ਦੋ ਜੀਆਂ ਕਿਸ ਤਰ੍ਹਾਂ ਕਰਨਗੇ। ਬਹਰਹਾਲ ਉਹ ਇਹਦੇ 'ਤੇ ਕੰਮ ਕਰ ਰਹੇ ਨੇ। ਅਖਾਣ ਜਿਹੜਾ ਨਾ ਜੀ, ਇਹਦੇ 'ਚ ਬਹੁਤ ਹੀ ਕਿਸਮਾਂ ਦੇ ਅਖਾਣ ਹੁੰਦੇ ਨੇ। ਮਤਲਬ ਇਹ ਪਹਿਲੀ ਗੱਲ 'ਤੇ ਕਿ ਅਖਾਣ ਹੁੰਦਾ ਕੀ ਹੈ। ਅਖਾਣ ਇੱਕ ਅਜਿਹਾ ਅਮਰ ਸੱਚ ਹੁੰਦਾ ਜਿਹੜਾ ਘੜੀ ਮੁੜੀ ਜਾਂ ਵਾਰੋ ਵਾਰ ਲੋਕ ਬੋਲਾਂ ਦਾ ਹਿੱਸਾ ਬਣਨ ਭਾਰੋਂ ਆਪਣੇ ਬਿਆਨੀਏ ਅੰਦਰ ਆਪਣੇ ਬਿਆਨੇ ਸੱਚ ਵਿੱਚ ਏਡਾ ਪੀਡਾ ਹੋ ਜਾਂਦਾ ਕਿ ਹਰ ਕੋਈ ਉਸ ਅਮਰ ਆਖਣ ਨੂੰ ਬੋਲ ਕੇ ਆਪਣੀ ਆਖੀ 'ਤੇ ਸੱਚ ਦੀ ਮੋਹਰ ਲਾਉਣ ਲਈ ਉਹ ਆਪਣੀ ਆਖੀ ਨੂੰ ਪਕਿਆਈ ਦਿੰਦਾ। ਇਹ ਇੱਕ ਲੰਮੀ ਵਾਪਰਾ ਤੋਂ ਥੋੜ੍ਹੇ ਲਫਜ਼ਾਂ ਵਿੱਚ ਇੰਝ ਬਿਆਨ ਕਰਦਾ ਵੀ ਉਸ ਦੀ ਸਦੀਆਂ ਬੱਧੀ ਵਰਤੋਂ ਨਾਲ ਵੀ ਉਸ ਦੇ ਮਹਿਣਿਆਂ ਅਤੇ ਬਿਆਨ 'ਚ ਕੋਈ ਫਿੱਕ ਨਹੀਂ ਪੈਂਦੀ। ਯੂਨਾਨ ਦੇ ਮਸ਼ਹੂਰ ਫਲਸਫੀ ਰਸਤੂ ਨੇ ਇਸ ਬਾਰੇ ਦੱਸਦਿਆਂ ਹੋਇਆ ਆਖਿਆ ਸੀ ਭਈ ਖਾਣ ਮਹਿਣਿਆਂ ਦੇ ਉਹ ਨਗ ਨੇ ਜੋ ਆਪਣੀ ਮਹਿਨਵੀ ਰੰਗ ਰੂਪ ਅਤੇ ਬਿਆਨ ਦੇ ਖਿਲਾਰ ਪਰੋਂ ਸਦੀਆਂ ਤੀਕ ਮੈਲੇ ਨਹੀਂ ਹੁੰਦੇ। ਅਖਾਣ ਰਾਹੀਂ ਜੀਵਨ ਫਲਸਫਾ ਆਪਣੇ ਮਹਿਣਿਆਂ ਦੇ ਖਿਲਾਰ ਅਤੇ ਬਿਆਨ ਦੇ ਸੁਹੱਪਣ ਪਰੋਂ ਜ਼ਮਾਨੇ ਦੇ ਰੌਲੇ ਗੌਲੇ ਦੀ ਧੂੜ ਹੇਠ ਨੱਪਿਆ ਨਹੀਂ ਜਾਂਦਾ, ਸਗੋਂ ਸਦਾ ਨਵਾਂ ਨਰੋਇਆ ਰਹਿੰਦਾ। ਅਖਾਣ ਬਾਰੇ ਫਿਕਰ ਆਖਦਾ ਅਖਾਣ ਬਾਰੇ ਫੁੱਲਰ ਆਖਦਾ ਵੀ ਇਹ ਜ਼ਿੰਦਗੀ ਦੇ ਤਜਰਬਿਆਂ ਦੇ ਨਿਚੋੜ ਦਾ ਥੋੜ੍ਹੇ ਲਫਜ਼ਾਂ 'ਚ ਕੱਢਿਆ ਉਹ ਨਿਚੋੜ ਹੁੰਦਾ ਜਿਹੜਾ ਪੜ੍ਹਨਹਾਰਾਂ ਦੀਆਂ ਜੀਭਾਂ ਸਦਾ ਮਿੱਠੀਆਂ ਕਰਦਾ ਰਹਿੰਦਾ।
ਗੱਲ ਕਰਦਿਆਂ ਗੱਲਬਾਤ ਕਰਦਿਆਂ ਜ਼ਬਾਨ ਦਾ ਹਰ ਜਾਣੂ ਜਦੋਂ ਕਿਸੇ ਗੱਲ ਬਾਰੇ ਜਾਂ ਬੰਦੇ ਬਾਰੇ ਗੱਲ ਕਰਦਿਆਂ ਕੋਈ ਅਖਾਣ ਬੋਲਦਾ ਤਾਂ ਆਪਣੀ ਸੱਚਾਈ ਉੱਤੇ ਪਿਛਲੀਆਂ ਨਸਲਾਂ ਦੇ ਮਿੱਥੇ ਸੱਚ ਦੀ ਮੋਹਰ ਲਾ ਦਿੰਦਾ। ਕਿਸੇ ਕੌਮ ਦੇ ਵਤੀਰੇ ਬਾਰੇ ਵੀ ਅਖਾਣਾਂ ਵਿੱਚੋਂ ਚੋਖੀ ਰੋਸ਼ਨੀ ਮਿਲ ਜਾਂਦੀ ਹੈ, ਜਿਹਦੇ ਨਾਲ ਕਿਸੇ ਜ਼ਾਤ ਕਿਸੇ ਗੋਤ ਦੇ ਲੋਕਾਂ ਦੇ ਵਿਹਾਰ ਬਾਰੇ ਪੱਕੀ ਪੀਟੀ ਜਾਣਕਾਰੀ ਮਿਲ ਜਾਂਦੀ ਹੈ। ਅਖਾਣਾਂ ਨੂੰ ਲੰਮੀ ਜ਼ਿੰਦਗੀ ਖੋਰੇ ਔਰਤਾਂ ਨੇ ਦਿੱਤੀ ਹੋਵੇ, ਇਸ ਲਈ ਵੀ ਜਦੋਂ ਉਹ ਰਲ ਕੇ ਗੱਲ ਕਰਦੀਆਂ ਨੇ ਤਾਂ ਉਹ ਆਪਣੀ ਗੱਲ ਉੱਤੇ ਸੱਚਾਈ ਦੀ ਪਕਿਆਈ ਦੀ ਮੋਹਰ ਲਾਉਣ ਲਈ ਢੁਕਵਾਂ ਅਖਾਣ ਜ਼ਰੂਰ ਬੋਲਦੀਆਂ ਨੇ। ਮੈਂ ਬੰਦਿਆਂ ਦੀਆਂ ਢੇਰ ਮਹਿਫਲਾਂ ਜਾ ਜਾ ਕੇ ਵੀ ਵੇਖਿਆ ਵੀ ਉਹਨਾਂ ਦੀ ਗੱਲਬਾਤ ਵਿੱਚ ਅਖਾਣਾਂ ਦੀ ਵਰਤੋਂ ਹੁੰਦੀ ਹੈ, ਪਰ ਬੜੀ ਘੱਟ ਹੁੰਦੀ ਹੈ। ਪਰ ਔਰਤਾਂ ਜਦੋਂ ਇਕੱਠੀਆਂ ਹੋ ਕੇ ਕਿਸੇ ਮਸਲੇ 'ਤੇ ਵਿਚਾਰ ਕਰਦੀਆਂ ਨੇ ਤਾਂ ਆਪਣੇ ਬਿਆਨ ਨੂੰ ਪਕਿਆਈ ਦੇਣ ਲਈ ਅਖਾਣਾਂ ਦੀ ਵੱਧ ਵਰਤੋਂ ਕਰਦੀਆਂ ਨੇ। ਮੇਰੀ ਜਾਚੇ ਬਹੁਤੇ ਅਖਾਣਾਂ ਨੂੰ ਖੌਰੇ ਸਵਾਣੀਆਂ ਨੇ ਮਰਨ ਤੋਂ ਬਚਾ ਕੇ ਰੱਖਿਆ ਹੋਇਆ। ਅਖਾਣ ਅਦਬ ਦਾ ਸਭ ਤੋਂ ਪੁਰਾਣਾ ਰੂਪ ਨੇ। ਬੰਦੇ ਦੀ ਝੋਲੀ ਉਦੋਂ ਹੀ ਖਾਣਾਂ ਦੇ ਅਮੀਰ ਅਦਬ ਨਾਲ ਭਰੀ ਹੋਈ ਸੀ ਜਦੋਂ ਹਾਲੀ ਅਦਬੀ ਪੱਧਰ 'ਤੇ ਪਰਖਿਆ ਜਾਣ ਵਾਲਾ ਅਦਬ ਵੀ ਨਹੀਂ ਲਿਖਿਆ ਗਿਆ। ਇਨਸਾਨ ਆਪਣੇ ਜਜ਼ਬਿਆਂ ਦੇ ਬਿਆਨ ਲਈ ਭਾਵੇਂ ਸਭ ਤੋਂ ਅਗਦੋਂ ਗੀਤ ਹੀ ਉਹਨੇ ਲਿਖੇ ਸਨ, ਪਰ ਉਹਨਾਂ ਗੀਤਾਂ ਵਿੱਚ ਹਾਲੀ ਉਹ ਗੂੜੀ ਰੰਗਣ ਨਹੀਂ ਸੀ ਆ ਸਕੀ ਜੋ ਉਸ ਵੇਲੇ ਦੇ ਖਾਣਾਂ ਵਿੱਚ ਡਲਕਾਂ ਮਾਰਦੀ ਨਜ਼ਰ ਆਉਂਦੀ ਸੀ। ਰਾਬਰਟ ਕਾਫਮੈਨ ਤਾਂ ਖਾਣਾਂ ਨੂੰ ਹੀ ਅਦਬ ਦੇ ਮੋਢੀ ਦੱਸਦਾ। ਉਸ ਦੀ ਜਾਚੇ ਦੁਨੀਆ ਦੀ ਪਹਿਲੀ ਸ਼ਾਇਰੀ ਅਖਾਣਾਂ ਦੀ ਸ਼ਕਲ ਵਿੱਚ ਹੋਈ ਸੀ ਅਤੇ ਉਸ ਦੀ ਗੱਲ ਸਗਵੀਂ ਸੱਚ ਵੀ ਨਜ਼ਰ ਆਉਂਦੀ ਹੈ। ਅਖਾਣ ਅੱਜ ਵੀ ਕਿਸੇ ਜ਼ਬਾਨ ਦੇ ਅਦਬ ਦੀ ਸਭ ਤੋਂ ਪੁਰਾਣੀ ਸ਼ਕਲ ਮੰਨੀ ਜਾ ਸਕਦੀ ਹੈ। ਕਿਸੇ ਵੀ ਕੌਮ ਦੇ ਅਦਬ ਵਿੱਚੋਂ ਸ਼ਾਇਰੀ ਦੇ ਸਭ ਤੋਂ ਵਧੀਆ ਟੋਟੇ ਅੱਜ ਵੀ ਅਖਾਣਾਂ ਵਿੱਚੋਂ ਮਿਲ ਸਕਦੇ ਨੇ। ਇੰਝ ਇਹ ਗੱਲ ਸਾਬਤ ਹੁੰਦੀ ਹੈ ਵੀ ਜਦੋਂ ਇਨਸਾਨੀ ਸ਼ਊਰ ਜ਼ਰਾ ਪਕੇਰਾ ਹੋਇਆ ਤਾਂ ਉਦੋਂ ਹੀ ਇਨਸਾਨੀ ਜ਼ਿੰਦਗੀ ਅੰਦਰ ਅਖਾਣਾਂ ਦੀ ਆਪਣੀ ਥਾਂ ਬਣਾ ਲਈ। ਜਦੋਂ ਇਨਸਾਨੀ ਅਕਲ ਸ਼ਊਰ ਵਾਲੀ ਇੰਨਾ ਪਕਰੋੜ ਨਹੀਂ ਸੀ ਹੋਇਆ ਅਤੇ ਇਨਸਾਨੀ ਤਜਰਬਾ ਬਸ ਨੱਕ ਦੀ ਸਿੱਧੇ ਜਾਣ ਤੋਂ ਅਗਾਂਹ ਨਹੀਂ ਸੀ ਵਧਿਆ, ਉਸ ਵੇਲੇ ਅਖਾਣ ਅਟਲ ਅਕਲ ਅਤੇ ਗਿਆਨ ਦੀ ਮਾਲਾ ਪਰੋਈ ਜਾ ਰਹੇ ਸਨ। ਇਸ ਲਈ ਇਹ ਗੱਲ ਪੱਕੀ ਹੈ ਵੀ ਖਾਣਾਂ ਦੇ ਭੰਡਾਰ ਵਿੱਚ ਵਾਧਾ ਕਰਨ ਲਈ ਇਨਸਾਨੀ ਨਸਲ ਨੂੰ ਸਦੀਆਂ ਤੀਕਰ ਫਿਕਰ ਦੇ ਦੀਵੇ ਬਾਲਣ ਲਈ ਅਖਾਣਾਂ ਦੀ ਪਨੀਰੀ ਦਾ ਇੱਕ ਇੱਕ ਬੂਟਾ ਆਪਣੀ ਹੱਥੀਂ ਲਾਉਣਾ ਪਿਆ। ਇਹ ਅਖਾਣ ਜਿਵੇਂ ਨੈਂ ਦੇ ਕੰਢਿਆਂ ਉੱਤੇ ਖਿਲਰੇ ਉਹ ਮੋਤੀ ਨੇ ਜਿਨ੍ਹਾਂ ਨੂੰ ਸਾਡੀਆਂ ਨਸਲਾਂ ਸਦੀਆਂ ਬੱਧੀ ਰੋਲ ਆਪਣੀ ਚੋਲੀ 'ਚ ਪਾਉਂਦੀਆਂ ਰਹੀਆਂ ਨੇ, ਅਤੇ ਇਹ ਮੋਤੀ ਜੀਵਨ ਛੱਲਾਂ ਨਾਲ ਵੇਲੇ ਦਿਆਂ ਕੰਢਿਆਂ ਨਾਲ ਖਹਿ ਖਹਿ ਕੇ ਹਾਂਜੀ ਦਿਨੋਂ ਦਿਨ ਸੋਹਣੇ ਅਤੇ ਮਨਮੋਹਣੇ ਹੋਈ ਜਾਂਦੇ ਨੇ। ਪੁਰਾਣਿਆਂ ਵੇਲਿਆਂ ਅੰਦਰ ਵੀ ਅਖਾਣਾਂ ਦੇ ਵਡਿੱਪਣ ਪਾਰੋਂ ਇਹਨਾਂ ਦੀ ਸਾਂਭ ਸੰਭਾਲ 'ਤੇ ਕਈ ਯਤਨ ਕੀਤੇ ਗਏ। ਇਹਨਾਂ ਨੂੰ ਇਨਸਾਨੀ ਅਦਬ ਦਾ ਅਟੁੱਟ ਅੰਗ ਸਮਝਿਆ ਜਾਂਦਾ ਸੀ। ਮਿਸਰੀਆਂ ਦੀ ਸਭ ਤੋਂ ਪੁਰਾਣੀ ਕਿਤਾਬ ਮੋਇਆਂ ਦੀ ਕਿਤਾਬ ਬੁੱਕ ਆਫ ਡੈਡ, ਜਿਹੜੀ ਹਜ਼ਰਤ ਈਸਾ ਹੋਰਾਂ ਤੋਂ 3100 ਵਰ੍ਹੇ ਅੱਗੋਂ ਲਿਖੀ ਗਈ ਸੀ, ਉਸ ਵਿੱਚ ਕਈ ਹਜ਼ਾਰ ਅਖਾਣ ਅਤੇ ਸਦਾਬਹਾਰ ਸੱਚਾਈਆਂ ਲਿਖੀਆਂ ਗਈਆਂ ਸਨ। ਅੱਜ ਉਹ ਕਿਤਾਬ ਭਾਵੇਂ ਕਿਤੇ ਨਹੀਂ ਲੱਭਦੀ, ਪਰ ਉਸ ਦਾ ਉਤਾਰਾ ਮਿਸਰ ਦੇ ਕਈ ਮਕਬਰਿਆਂ ਅਤੇ ਮੰਮੀ ਦੇ ਸੰਦੂਕਾਂ ਉੱਤੇ ਉਕਰਿਆ ਹੋਇਆ ਮਿਲਦਾ। ਯੂਨਾਨੀ ਸੂਝਵਾਨ ਫਲਾਤੂ ਅਤੇ ਰਸਤੂ ਵੀ ਆਪਣੇ ਜ਼ਮਾਨੇ ਦੇ ਬਹੁਤ ਸਾਰੇ ਅਖਾਣ ਇਕੱਠੇ ਕੀਤੇ। ਯਹੂਦੀਆਂ ਦੀ ਮਜ਼ਹਬੀ ਕਿਤਾਬ ਬੁੱਕ ਆਫ ਸੋਲੋਮੋਨ ਅਤੇ ਈਸਾਈਆਂ ਦੀ ਮਜ਼ਹਬੀ ਕਿਤਾਬ ਬਾਈਬਲ ਵਿੱਚ ਵੀ ਚੋਖੇ ਅਖਾਣ ਮਿਲਦੇ ਨੇ। ਕਈ ਮਜ਼ਹਬੀ ਪੈਗਾਮ ਅਤੇ ਸਦਾ ਰਹਿਣ ਵਾਲੇ ਬਿਆਨ ਸੱਚ ਦੇ ਇੰਨੇ ਨੇੜੇ ਪੁੱਜ ਜਾਂਦੇ ਨੇ ਕਿ ਉਹਨਾਂ ਨੂੰ ਅਖਾਣ ਵਾਂਗ ਜਾਂ ਸਗਵਾਂ ਅਖਾਣ ਹੀ ਸਮਝਣਾ ਪੈ ਜਾਂਦਾ ਹੈ। ਹਿੰਦੂਆਂ ਦੇ ਵੇਦਾਂ ਵਿੱਚ ਵੀ ਅਜਿਹੇ ਮਜ਼ਹਬੀ ਸੁਨੇਹੇ ਆਮ ਮਿਲਦੇ ਨੇ ਜੋ ਆਪਣੇ ਮਹਿਣਿਆਂ ਦੇ ਖਿਲਾਰ ਪਾਰੋਂ ਜੇ ਸਗਵੇਂ ਅਖਾਣ ਨਹੀਂ ਆਖੇ ਜਾ ਸਕਦੇ ਤਾਂ ਅਖਾਣਾਂ ਦੇ ਉੱਕੇ ਨੇੜੇ ਜ਼ਰੂਰ ਨੇ। ਜੈਨ ਅਤੇ ਬੁੱਧ ਮਤ ਵਿੱਚ ਵੀ ਇਹ ਚੀਜ਼ ਢੇਰ ਮਿਲਦੀ ਹੈ। ਜਿਸ ਤਰ੍ਹਾਂ ਹਰ ਮਜ਼ਹਬ ਵੀ ਕਿਸੇ ਨਾ ਕਿਸੇ ਸੱਚ ਉੱਤੇ ਉਸਰਿਆ ਹੁੰਦਾ, ਇਸ ਤਰ੍ਹਾਂ ਹੀ ਅਖਾਣ ਵੀ ਆਪਣੇ ਵਿਚਲੇ ਕਿਸੇ ਨਾ ਕਿਸੇ ਸੱਚ ਪਰੋਂ ਸਦੀਆਂ ਤੀਕਰ ਬੁੱਢੇ ਨਹੀਂ ਹੁੰਦੇ। ਭਾਵੇਂ ਉਹ ਕਿਤੇ ਲਿਖੇ ਨਾ ਵੀ ਗਏ ਹੋਣ, ਪਰ ਉਹ ਪੀੜ੍ਹੀਓ ਪੀੜ੍ਹੀ ਲੋਕ ਜ਼ਬਾਨਾਂ ਰਾਹੀਂ ਵੇਲੇ ਦਾ ਸੰਗ ਕਰਦੇ ਨਜ਼ਰ ਆਉਂਦੇ।